ਆਪ ਉਹਨਾਂ ਨੇ ਗ੍ਰਸਤ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ ਉਸ ਪਰਮਾਤਮਾ ਦੇ ਮਿਲਾਪ ਨੂੰ ਪ੍ਰਾਪਤ ਕੀਤਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਹਰ ਪੱਖ ਦੇ ਵਿੱਚ ਪੂਰਨ ਹਨ। ਸੂਰਨ ਮਹਿ ਤੂੰ ਸੂਰਾ ਕਹੀਐ, ਭੋਗਣ ਮੈਂ ਭੋਗੀ। ਗ੍ਰਸਤਨ ਮੈਂ ਤੂੰ ਬਡੋ ਗ੍ਰਸਤੀ, ਜੋਗਨ ਮੈਂ ਜੋਗੀ। ਗੁਰੂ ਨਾਨਕ ਸਾਹਿਬ ਜੀ ਗ੍ਰਸਤੀਆਂ ਵਿੱਚ ਵੱਡੇ ਗ੍ਰਸਤੀ ਹਨ ਤੇ ਜੋਗੀਆਂ ਦੇ ਵਿੱਚੋਂ ਵੱਡੇ ਜੋਗੀ ਹਨ, ਭਾਵ ਉਹਨਾਂ ਵਰਗਾ ਕੋਈ ਜੋਗੀ ਵੀ ਨਹੀਂ ਹੈ। ਤਾਂ ਇਸ ਤਰ੍ਹਾਂ ਰਾਜ ਯੋਗ ਮਾਣਿਓ, ਭਾਵ ਜਿੱਥੇ ਗੁਰੂ ਨਾਨਕ ਸਾਹਿਬ ਜੀ ਜੋਗੀ ਦਾ ਭਾਵ ਸੰਤ ਹਨ, ਉੱਥੇ ਰਾਜ ਦਾ ਭਾਵ ਉਹ ਸਿਪਾਹੀ ਵੀ ਹਨ, ਉਹ ਸੂਰਮੇ ਵੀ ਹਨ। ਆਪਾਂ ਆਖਾਂਗੇ ਵੀ ਸੂਰਮਾ ਜਿਹੜਾ ਉਹ ਹਥਿਆਰਬੰਦ ਹੁੰਦਾ ਹੈ, ਸ਼ਸਤਰਾਂ ਦੇ ਨਾਲ ਲੈਸ ਹੁੰਦਾ ਹੈ, ਪਰ ਗੁਰੂ ਨਾਨਕ ਸਾਹਿਬ ਜੀ ਕੋਲ ਕਿਹੜੇ ਸ਼ਸਤਰ ਸਨ, ਕਿਹੜੇ ਹਥਿਆਰ ਸਨ? ਕਿਉਂਕਿ ਸੂਰਮੇ ਦੀ ਇਹ ਪਹਿਚਾਣ ਹੈ ਕਿ ਸੂਰਮਾ ਜਿਹੜਾ ਹੈ ਉਹ ਹਥਿਆਰਬੰਦ ਹੁੰਦਾ ਹੈ, ਸ਼ਸਤਰਾਂ ਦੇ ਨਾਲ ਲੈਸ ਹੁੰਦਾ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕਿਹੜੇ ਸ਼ਸਤਰ, ਕਿਹੜੇ ਹਥਿਆਰ? ਇਸੇ ਤਰ੍ਹਾਂ ਜਿੱਥੇ ਇੱਕ ਸੂਰਮੇ ਇੱਕ ਸਿਪਾਹੀ ਦੀ ਪਹਿਚਾਣ ਸ਼ਸਤਰਾਂ ਤੋਂ ਹੈ, ਉੱਥੇ ਇੱਕ ਸੰਤ ਜਿਹੜਾ ਉਹਦੀ ਪਛਾਣ ਆਪਾਂ ਉਹਦੇ ਭੇਖ ਤੋਂ, ਉਹਦੇ ਹੱਥ ਮਾਲਾ ਹੈ, ਉਹਨੇ ਖਾਸ ਕੋਈ ਧਰਮ ਦਾ ਭੇਖ ਧਾਰਨ ਕੀਤਾ, ਅਸੀਂ ਕਹਿ ਦਿੰਦੇ ਹਾਂ ਵੀ ਇਹ ਸੰਤ ਹੈ। ਪਰ ਵੇਖੋ, ਇਹ ਜ਼ਰੂਰੀ ਹੈ ਵੀ ਸੂਰਮਾ ਜਿਹੜਾ ਉਹਦੇ ਕੋਲ ਸ਼ਸਤਰ ਹੋਣੇ ਚਾਹੀਦੇ ਹਨ, ਉਹ ਹਥਿਆਰਬੰਦ ਹੋਣਾ ਚਾਹੀਦਾ ਹੈ। ਪਰ ਜੇਕਰ ਸੂਰਮੇ ਦੇ ਅੰਦਰ ਨਿਰਭੈਤਾ, ਬਹਾਦਰੀ, ਕੁਰਬਾਨੀ ਦਾ ਜਜ਼ਬਾ ਨਾ ਹੋਵੇ ਤੇ ਉਹਦੇ ਸ਼ਸਤਰ ਜਿਹੜੇ ਹਨ ਉਹਦੇ ਕੋਲ ਵਾਧੂ ਦਾ ਭਾਰ ਹੀ ਹਨ, ਉਹਦੇ ਸ਼ਸਤਰ ਕਿਸੇ ਕੰਮ ਨਹੀਂ। ਜੇਕਰ ਸੂਰਮੇ ਦੇ ਅੰਦਰ ਨਿਰਭੈਤਾ, ਬਹਾਦਰੀ ਤੇ ਕੁਰਬਾਨੀ ਦਾ ਜਜ਼ਬਾ ਨਹੀਂ ਹੈ, ਇਸ ਤੋਂ ਬਿਨਾਂ ਸੂਰਮੇ ਦੇ ਸ਼ਸਤਰ, ਸੂਰਮੇ ਦੇ ਹਥਿਆਰ ਵਾਧੂ ਦਾ ਬੋਝ ਹੀ ਹੈ, ਕਿਸੇ ਕੰਮ ਨਹੀਂ। ਤਾਂ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਇਹ ਗੁਣ ਸਨ, ਸੂਰਮਤਾਈ ਵਾਲੇ, ਮਹਾਨ ਨਿਰਭੈਤਾ ਦਾ ਗੁਣ, ਸੱਚ ਤੋਂ ਆਪਣੇ ਆਪ ਨੂੰ ਨਿਸ਼ਾਵਰ, ਆਪਣੇ ਆਪ ਨੂੰ ਕੁਰਬਾਨ ਕਰਨ ਦਾ ਜਿਹੜਾ ਗੁਣ ਸੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਸੀ। ਤਾਂ ਵੇਖੋ, ਗੁਰੂ ਨਾਨਕ ਸਾਹਿਬ ਜੀ
ਮਹਾਨ ਸਿਪਾਹੀ ਵੀ ਹਨ, ਸੂਰਮੇ ਵੀ ਹਨ, ਕੇਵਲ ਸੰਤ ਨਹੀਂ। ਵੇਖੋ ਵਾਰ ਵਾਰ ਇਹ ਜਿਹੜਾ ਸ਼ਬਦ ਹੈ ਭੱਟ ਕਲ ਸਹਾਰ ਜੀ ਨੇ ਵਰਤਿਆ ਹੈ, ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਆ। ਭਾਵ ਗੁਰੂ ਨਾਨਕ ਸਾਹਿਬ ਜੀ ਸੰਤ ਸਿਪਾਹੀ ਹਨ, ਕੇਵਲ ਸੰਤ ਨਹੀਂ ਸਿਪਾਹੀ ਵੀ ਹਨ, ਸੂਰਮੇ ਵੀ ਹਨ। ਵੇਖੋ ਉਹਨਾਂ ਦੀ ਬਾਣੀ ਪੜ੍ਹੀਏ ਤੇ ਉਹਨਾਂ ਦੀ ਬਾਣੀ ਦੇ ਵਿੱਚੋਂ ਸੂਰਮਤਾਈ ਦੀ ਝਲਕ ਜਿਹੜੀ ਹੈ ਉਹ ਪੈਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਕਹਿਣਾ ਸੀ ਵੀ ਅਸਲ ਬਹਾਦਰੀ ਦਾ ਕਰਮ ਇਹ ਹੈ ਵੀ ਹੱਸ ਹੱਸ ਕੇ ਸ਼ਹੀਦੀ ਪਾਉਣਾ, ਤੇ ਇਹ ਵੀ ਕਿਹਾ ਸਤਿਗੁਰੂ ਜੀ ਨੇ ਉਹਦੀ ਸ਼ਹੀਦੀ ਪੂਜਣ ਯੋਗ ਹੈ। ਜੋ ਪ੍ਰਵਾਨ ਹੋਏ ਅਸੂਲਾਂ ਦੇ ਵਾਸਤੇ ਸ਼ਹੀਦੀ ਜਿਹੜੀ ਹੈ ਉਹ ਪ੍ਰਾਪਤ ਕਰਦਾ ਹੈ। ਤੇ ਵੇਖੋ ਮਹਾਨ ਸੂਰਮਤਾਈ ਵਾਲੇ ਬਚਨ ਸਤਿਗੁਰੂ ਜੀ ਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਗੁਰੂ ਨਾਨਕ ਸਾਹਿਬ ਜੀ ਦਾ ਹੀ ਫਰਮਾਇਆ ਹੋਇਆ ਬਚਨ ਹੈ। ਇਸੇ ਤਰ੍ਹਾਂ ਇਸ ਤਰ੍ਹਾਂ ਦੇ ਬਚਨ ਉਚਾਰਨ ਕਰੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ, ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣਾ ਐਸਾ ਕੋਈ। ਇਹ ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ ਸੂਰਮਿਆਂ ਨੂੰ ਦਿੱਤੀ ਹੋਈ ਇੱਕ ਅਲਾਣੀ ਸੀ। ਇਸੇ ਤਰ੍ਹਾਂ ਇਹ ਬਚਨ ਉਚਾਰਨ ਕਰਨੇ ਸਤਿਗੁਰੂ ਜੀ ਦੇ, ਮਰਨ ਲਿਖਾਏ ਮੰਡਲ ਮੈਂ ਆਏ, ਇਹ ਗੁਰੂ ਨਾਨਕ ਸਾਹਿਬ ਜੀ ਦੀ ਆਰਤੀ ਤੇ ਮਾਰੂ ਨਾਦ ਹੈ ਸੂਰਮਿਆਂ ਵਾਸਤੇ। ਇਸੇ ਤਰ੍ਹਾਂ ਮਰ ਮਰ ਜੀਵੈ ਤਾਂ ਕਿਛ ਪਾਏ, ਇਹ ਐਮਨਾਬਾਦ ਦੀ ਧਰਤੀ ਤੇ ਉਠਾਈ ਹੋਈ ਬੁਲੰਦ ਆਵਾਜ਼ ਸੀ ਸੂਰਮਤਾਈ ਦੀ ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ। ਤੇ ਇਹ ਮਹਾਨ ਬੋਲ ਉਚਾਰਨ ਕਰਨੇ ਕਿ ਮਰਨ ਮੁਨਸਾਂ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪ੍ਰਵਾਣੋ, ਇਹ ਗੁਰੂ ਨਾਨਕ ਸਾਹਿਬ ਜੀ ਦੀ ਸੂਰਮਿਆਂ ਨੂੰ ਦਿੱਤੀ ਹੋਈ ਇੱਕ ਚੁਣੌਤੀ ਸੀ। ਵੇਖੋ ਸੂਰਮੇ ਦਾ ਕੰਮ ਨਹੀਂ ਮੈਦਾਨ ਨੂੰ ਛੱਡਣਾ, ਸੂਰਮੇ ਦਾ ਕੰਮ ਨਹੀਂ ਰਣ ਤੱਤੇ ਦੇ ਵਿੱਚੋਂ ਨੱਸ ਜਾਣਾ। ਅਸੀਂ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ ਭਗਤ ਕਬੀਰ ਜੀ ਦਾ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਤੇ ਵੇਖੋ ਐਮਨਾਬਾਦ ਦੀ ਧਰਤੀ ਤੇ ਤੀਜੀ ਉਦਾਸੀ ਵੇਲੇ ਜਦੋਂ ਗੁਰੂ ਨਾਨਕ ਸਾਹਿਬ ਜੀ ਜਾਂਦੇ ਹਨ ਤੇ ਸਭ ਕੁਝ ਦੱਸ ਦਿੱਤਾ ਭਾਈ ਲਾਲੋ ਨੂੰ ਵੀ ਲਾਲੋ ਆ ਕੁਝ ਹੋਣਾ ਹੈ,
ਬਚਨ ਉਚਾਰਨ ਕੀਤਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ।